ਕੋਈ ਵੀ ਐਕਟਰ ਆਪਣੇ ਆਪ ਨੂੰ ਔਕਵਰਡ ਪੋਜੀਸ਼ਨ ਵਿੱਚ ਨਹੀਂ ਸਮਝਦਾ ਸੀਗਾ। ਉਹਦੀ ਵਜ੍ਹਾ ਇਹ ਸੀਗਾ ਕਿ ਗਿੱਪੀ ਭਾਅ ਜੀ ਹਰ ਸੀਨ ਤੋਂ ਪਹਿਲਾਂ ਹਰੇਕ ਐਕਟਰ ਨੂੰ ਬਰੀਫ ਕਰਦੇ ਹੁੰਦੇ ਸੀਗੇ। ਭੱਜੋ, ਮੈਂ ਇੰਨੀ ਗੱਲ ਕਹੀ, ਇਤਨੀ ਬਾਤ ਕਹਿ ਕੇ ਮੈਂ ਨਿਕਲ ਗਿਆ, ਹੈ ਨਾ, ਹੈ ਨਾ। ਉੱਧਰ ਸੇ ਉਹ ਬੋਲ ਰਹੀ ਹੈ, ਕਹਿੰਦੀ ਓ ਮਾਈ ਗੋਡ, ਕਹਿੰਦੀ ਕੰਪਰੋਮਾਈਜ਼ ਕਰਨ ਤੋਂ ਮਨਾ ਕਰ ਰਹੇ ਹੋ? ਮੈਂ ਕਹਿ ਰਿਹਾ ਸੀ ਇਟਲੀ ਕੰਪਰੋਮਾਈਜ਼, ਨੋ 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 ਨੋ। ਗਿੱਪੀ ਨੇ ਸ਼ੁਰੂ ਕੀਤਾ ਸੀ ਇਕੱਠੀਆਂ ਉਦੋਂ ਦੇ, ਅਤੇ ਪਰਿਵਾਰ ਦਾ ਮੈਂਬਰ ਹੈ, ਛੋਟੇ ਭਰਾ ਨੂੰ ਪਿਆਰ ਦਿੰਦਾ ਜਿੱਡਾ ਵੱਡਿਆਂ ਦਾ ਹੱਕ ਬਣਦਾ, ਜਿਹੜਾ ਵੱਡਾ ਪਿਆਰ ਦਿੰਦਾ ਉਹਨੂੰ ਵੱਧ ਕੇ ਦਿੰਦਾ ਸੀ ਮੈਂ ਤਾਂ। ਅਤੇ ਗੋਡ ਬਲੈਸ ਹਿਮ। ਅਤੇ ਇਹ ਹੁਣ ਕਾਫੀ ਟਾਈਮ ਬਾਅਦ ਅਸੀਂ ਇਕੱਠੇ ਕੰਮ ਕੀਤਾ, ਪਹਿਲਾਂ ਨਾਲੋਂ ਬਹੁਤ ਨਿਖਾਰ ਆਇਆ ਹੋਇਆ। ਮਰ ਗਏ ਹੋਏ ਲੋਕੋ, ਸਾਡੀ ਫਿਲਮ ਆ ਰਹੀ ਆ, ਮਰ ਗਏ ਹੋਏ ਲੋਕੋ, ਮਰ ਗਏ ਹੋਏ ਲੋਕੋ। ਓਏ ਹੱਸਦੇ ਹੱਸਦੇ ਕਹੋਗੇ